ਕੋਈ ਵੀ ਜੋ ਪਵਿੱਤਰ ਸੰਦੇਸ਼ ਤੋਂ ਭਟਕ ਜਾਵੇਗਾ, ਮੈਨੂੰ ਪਰਵਾਹ ਨਹੀਂ ਹੈ ਕਿ ਉਸਨੇ ਕਿੰਨੇ ਭੇਦਾਂ ਦਾ ਪ੍ਰਚਾਰ ਕੀਤਾ। ਭਰਾ ਪੌਲਸ ਨੇ ਕਿਹਾ, ਭਾਵੇਂ ਮੇਰੇ ਕੋਲ ਸਾਰੇ ਭੇਤਾਂ ਨੂੰ ਸਮਝਣ ਦਾ ਗਿਆਨ ਹੈ ਅਤੇ ਮੇਰੇ ਕੋਲ ਪ੍ਰੇਮ ਨਹੀਂ ਹੈ, ਤਾਂ ਮੈਂ ਇੱਕ ਠਣ ਠਣ ਕਰਨ ਵਾਲਾ ਪਿੱਤਲ ਅਤੇ ਛਣ ਛਣ ਕਰਨ ਵਾਲਾ ਸ਼ੈਣੇ ਹਾਂ। ਤੁਸੀਂ ਇੱਕ ਖੰਜਰੀ ਵਾਂਗ ਹੋ ਜੋ ਆਵਾਜ਼ ਕਰ ਰਹੀ ਹੈ, ਇਸ ਲਈ ਕੋਈ ਮਤਲਬ ਨਹੀਂ ਕਿ ਤੁਸੀਂ ਭਾਈ ਬ੍ਰਹਮ ਦੇ ਕਿੰਨੇ ਹਵਾਲੇ ਦੇ ਸਕਦੇ ਹੋ ਅਤੇ ਉਹਨਾਂ ਭੇਤਾਂ ਨੂੰ ਸਮਝ ਸਕਦੇ ਹੋ ਜਿਨ੍ਹਾਂ ਨੂੰ ਪ੍ਰਗਟ ਕੀਤਾ ਗਿਆ ਸੀ। ਸੱਚਮੁੱਚ ਬਹੁਤ ਸਾਰੇ ਭੇਤ ਪ੍ਰਗਟ ਕੀਤੇ ਗਏ ਹਨ ਅਤੇ ਲੋਕ ਇਸ ਸੰਦੇਸ਼ ਦੇ ਅਧੀਨ ਬਹੁਤ ਗਿਆਨਵਾਨ ਬਣ ਗਏ ਹਨ। ਉਸੇ ਤਰ੍ਹਾਂ ਬਾਈਬਲ ਸਕੂਲਾਂ ਵਿੱਚ ਵੀ ਲੋਕ ਬਹੁਤ ਗਿਆਨਵਾਨ ਹੋ ਗਏ। ਉਹ ਉਹਨਾਂ ਧਰਮ ਸ਼ਾਸਤਰੀਆਂ ਨੂੰ ਤਾਂ ਚੁੱਪ ਕਰਵਾ ਸਕਦੇ ਹਨ, ਪਰ ਤੁਸੀਂ ਇਸ ਗੱਲ ਤੋਂ ਉਹਨੂੰ ਜੱਜ ਨਹੀਂ ਕਰ ਸਕਦੇ ਕਿ ਉਹ ਕਿੰਨੇ ਭੇਤਾਂ ਨੂੰ ਜਾਣਦਾ ਹੈ, ਪਰ ਇਸ ਗੱਲ ਨਾਲ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ ਅਤੇ ਉਹ ਕਲੀਸਿਆ ਨੂੰ ਪਵਿੱਤਰ ਮਾਪਦੰਡਾਂ ਉੱਤੇ ਕਿਸ ਤਰ੍ਹਾਂ ਸਥਾਪਿਤ ਕਰਦਾ ਹੈ, ਕਿਉਂਕਿ ਉਹਨਾਂ ਦੇ ਫਲਾਂ ਦੁਆਰਾ ਤੁਸੀਂ ਉਹਨਾਂ ਨੂੰ ਜਾਣੋਗੇ। ਇਸ ਲਈ ਕੋਈ ਵੀ ਇਸ ਤੋਂ ਭਟਕਦਾ ਹੈ ਉਸਦਾ ਸੁਭਾਅ ਨਹੀਂ ਬਦਲਿਆ। ਇਸ ਲਈ ਝੂਠੇ ਨਬੀ ਦਾ ਸੁਭਾਅ ਨਹੀਂ ਬਦਲਿਆ ਕਿਉਂਕਿ ਉਸਦਾ ਨਵਾਂ ਜਨਮ ਨਹੀਂ ਹੋਇਆ। ਇਹ ਝੂਠੇ ਨਬੀ ਜਿਨ੍ਹਾਂ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ, ਜੋ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਪਾੜਨ ਵਾਲੇ ਬਘਿਆੜ ਹਨ, ਉਹਨਾਂ ਦਾ ਨਵਾਂ ਜਨਮ ਨਹੀਂ ਹੋਇਆ। ਉਹ ਭ੍ਰਿਸ਼ਟ ਰੁੱਖ ਹਨ ਅਤੇ ਇੱਕ ਭ੍ਰਿਸ਼ਟ ਰੁੱਖ ਚੰਗੇ ਫਲ ਨਹੀਂ ਦੇ ਸਕਦਾ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲ ਨਾਲ ਜਾਣੋਗੇ। ਇਸ ਤਰ੍ਹਾਂ ਤੁਸੀਂ ਇੱਕ ਸੱਚੇ ਨਬੀ ਅਤੇ ਇੱਕ ਝੂਠੇ ਨਬੀ ਵਿੱਚ ਫਰਕ ਜਾਣ ਸਕਦੇ ਹੋ ਅਤੇ ਇੱਕ ਚੰਗੇ ਪਾਸਟਰ ਅਤੇ ਇੱਕ ਬੁਰੇ ਪਾਸਟਰ ਵਿੱਚ ਫਰਕ ਜਾਣ ਸਕਦੇ ਹੋ। ਮੈਨੂੰ ਪਰਵਾਹ ਨਹੀਂ ਹੈ ਕਿ ਉਹ ਕਿੰਨਾ ਨਰਮ ਬੋਲਦੇ ਹਨ, ਮੈਨੂੰ ਪਰਵਾਹ ਨਹੀਂ ਹੈ ਕਿ ਉਹਨਾਂ ਦੀ ਸ਼ਖਸੀਅਤ ਕਿੱਦਾਂ ਦੀ ਹੈ, ਉਹ ਆਪਣੀਆਂ ਕਾਰਾਂ ਲੈ ਸਕਦੇ ਹਨ ਅਤੇ ਇੱਥੋਂ ਤੋਂ ਟੋਕੋ ਸ਼ਹਿਰ ਤੱਕ ਚਲਾ ਸਕਦੇ ਹਨ। ਤੁਸੀਂ ਉਹਨਾਂ ਨੂੰ ਕਿਸੇ ਵੀ ਸਮੇਂ ਕਾਲ ਕਰਦੇ ਹੋ, ਭਾਵੇਂ ਅੱਧੀ ਰਾਤ ਨੂੰ ਉਹ ਉੱਥੇ ਪਹੁੰਚ ਜਾਣਗੇ। ਇਹ ਉਹ ਪੁਰਾਣਾ ਚੰਗਾ ਪਾਦਰੀ ਹੈ ਜਿਸ ਬਾਰੇ ਨਬੀ ਨੇ ਆਖਿਆ, ਉਹਨਾਂ ਦਾ ਸੁਭਾਅ ਭ੍ਰਿਸ਼ਟ ਹੈ। ਤੁਸੀਂ ਕਿਵੇਂ ਜਾਣਦੇ ਹੋ ਕਿ ਉਹਨਾਂ ਦਾ ਸੁਭਾਅ ਭ੍ਰਿਸ਼ਟ ਹੈ? ਉਹ ਪਵਿੱਤਰ ਸੰਦੇਸ਼ ਤੋਂ ਭਟਕ ਜਾਣਗੇ। ਯਿਸੂ ਨੇ ਕਿਹਾ ਸੀ ਕਿ ਉਹ ਭ੍ਰਿਸ਼ਟ ਰੁੱਖ ਹਨ, ਉਹ ਚੰਗੇ ਫਲ ਨਹੀਂ ਲਿਆ ਸਕਦੇ ਅਤੇ ਨਾ ਤਾਂ ਉਹ ਆਪ ਪਵਿੱਤਰ ਜਿਉਂਦੇ ਹਨ ਅਤੇ ਨਾ ਹੀ ਲੋਕਾਂ ਨੂੰ ਪਵਿੱਤਰ ਸੰਦੇਸ਼ 'ਤੇ ਸਥਾਪਿਤ ਕਰ ਸਕਦੇ ਹਨ। ਉਹਨਾਂ ਕੋਲ ਸਾਡੇ ਵਰਗਾ ਚਰਚ ਨਹੀਂ ਹੋ ਸਕਦਾ, ਨਾ ਹੀ ਉਹਨਾਂ ਕੋਲ ਔਰਤਾਂ ਹੋ ਸਕਦੀਆਂ ਹਨ ਜੋ 35 ਸਾਲਾਂ ਤੋਂ ਇਸ ਤਰ੍ਹਾਂ ਦੇ ਕੱਪੜੇ ਪਹਿਨ ਰਹੀਆਂ ਹਨ। ਉਹ ਚਰਚ ਨੂੰ ਪਾਕ ਸਾਫ਼ ਨਹੀਂ ਰੱਖ ਸਕਦੇ। ਜਦੋਂ ਕੋਈ ਜਣਾ ਜਨਾਹਕਾਰੀ ਵਿੱਚ ਸ਼ਾਮਲ ਹੁੰਦਾ ਹੈ, ਉਦੋਂ ਹੀ ਉਹ ਅੰਦਰ ਜਾਂ ਬਾਹਰ ਹੁੰਦਾ ਹੈ। ਉਸੇ ਤਰੀਕੇ ਨਾਲ ਹਰਾਮਕਾਰੀ ਬਾਰੇ ਹੈ, ਉਹ ਨਹੀਂ ਕਰ ਸਕਦੇ, ਇਹ ਪੂਰੀ ਤਰ੍ਹਾਂ ਅਸੰਭਵ ਹੈ। ਉਹ ਕਹਿੰਦੇ ਹਨ ਕਿ ਉਹ ਭਰਾ ਪ੍ਰਚਾਰਕ ਪਰਮੇਸ਼ੁਰ ਦਾ ਸੇਵਕ ਹੈ, ਪਰ ਉਹ ਮਨੋਵਿਗਿਆਨ ਦੁਆਰਾ ਪ੍ਰਚਾਰ ਕਰਦਾ ਹੈ। ਉਹ 100% ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦਾ ਹੈ, ਪਰ ਕੀ ਤੁਸੀਂ ਵੇਖਦੇ ਹੋ ਕਿ ਉਸਦੇ ਲੋਕ ਉਸਦੀ ਮਸੀਹ ਦੇ ਵਜੋਂ ਉਪਾਸਨਾ ਕਰਦੇ ਹਨ? ਤੁਸੀਂ ਝੂਠ ਬੋਲ ਰਹੇ ਕੁੱਤੇ ਹੋ, ਤੁਸੀਂ ਇੱਕ ਝੂਠੇ ਕੁੱਤੇ ਹੋ, ਅਤੇ ਇਕੱਲਾ ਇਹੋ ਹੀ ਦਰਸਾਉਂਦਾ ਹੈ ਕਿ ਤੁਸੀਂ ਨਵਾਂ ਜਨਮ ਨਹੀਂ ਪਾਇਆ, ਨਹੀਂ ਤਾਂ ਤੁਸੀਂ ਪਰਮੇਸ਼ੁਰ ਦੇ ਸੇਵਕ ਬਾਰੇ ਝੂਠ ਨਹੀਂ ਬੋਲਦੇ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੇ ਦੌੜਦੇ ਹਨ, ਉਹ ਕਿੰਨਾ ਉੱਛਲਦੇ ਹਨ, ਉਹ ਕਿੰਨੇ ਮਹਾਨ ਪ੍ਰਚਾਰ ਕਰਦੇ ਹਨ, ਕਿੰਨੇ ਚਿੰਨ੍ਹ ਅਤੇ ਚਮਤਕਾਰ ਕਰਦੇ ਹਨ। ਹਰ ਪ੍ਰਚਾਰਕ ਨੂੰ ਲਓ ਜੋ ਪ੍ਰਚਾਰ ਖੇਤਰ ਵਿੱਚ ਹੈ, ਹਰ ਪ੍ਰਚਾਰਕ, ਹਰ ਕਲੀਸੀਆ, ਹਰ ਚਰਚ ਮੈਂਬਰ, ਸੰਦੇਸ਼ ਦਾ ਹਰ ਪ੍ਰਚਾਰਕ ਅਤੇ ਯਿਸੂ ਮਸੀਹ ਦਾ ਨਾਮ ਲੈਣ ਵਾਲੀ ਹਰ ਚੀਜ਼ ਨੂੰ ਲਓ ਜੋ ਮੈਂ ਤੁਹਾਨੂੰ ਇੱਥੇ ਦੱਸ ਰਿਹਾ। ਇਹ ਚੀਜ਼ ਹਮੇਸ਼ਾ ਉਹਨਾਂ ਨੂੰ ਬੇਨਕਾਬ ਕਰੇਗੀ। ਇਹਨਾਂ 4-5 ਰਾਤਾਂ ਲਈ ਪਰਮੇਸ਼ੁਰ ਪਵਿੱਤਰ ਸੰਦੇਸ਼ ਦੇ ਬਾਰੇ ਜੋ ਕੁਝ ਮੈਂ ਪ੍ਰਚਾਰ ਕੀਤਾ ਹੈ ਅਤੇ ਸਥਾਪਿਤ ਕੀਤਾ ਹੈ ਅਤੇ ਜੋ ਕੁਝ ਭਾਈ ਬ੍ਰਹਮ ਨੇ 30 ਸਾਲਾਂ ਤੱਕ ਪ੍ਰਚਾਰ ਕੀਤਾ, ਉਹ ਉੱਥੇ ਉਸ ਝੂਠੇ ਨਬੀ ਨੂੰ ਹਮੇਸ਼ਾ ਬੇਨਕਾਬ ਕਰੇਗਾ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਨਾਲ ਜਾਣੋਗੇ। ਇਹ ਹਮੇਸ਼ਾ ਉਹਨਾਂ ਦੀ
ਦੀਆਂ ਸ਼ਖਸੀਅਤਾਂ ਅਤੇ ਯੋਗਤਾਵਾਂ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦਾ ਖੁਲਾਸਾ ਕਰੇਗਾ। ਹੁਣ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਆਦਮੀਆਂ ਦੀ ਸ਼ਖਸੀਅਤ ਅਦਭੁਤ ਹੈ ਅਤੇ ਭਾਈ ਬ੍ਰਹਮ ਨੇ ਯਿਸੂ ਦੀ ਸ਼ਖਸੀਅਤ ਦੀ ਤੁਲਨਾ ਫਰੀਸੀਆਂ ਦੀ ਸ਼ਖਸੀਅਤ ਨਾਲ ਕੀਤੀ। ਉਸਨੇ ਕਿਹਾ ਕਿ ਉਹ ਚੰਗਾ ਬੁੱਢਾ ਜਾਜਕ ਲੋਕਾਂ ਲਈ ਬਹੁਤ ਅਦਭੁਤ ਸੀ ਅਤੇ ਇਹ ਯਿਸੂ ਜਿਹਨੂੰ ਲੋਕ ਖਾਨਾ ਬਦੋਸ਼ ਕਹਿੰਦੇ ਸੀ ਹੈਕਲ ਵਿੱਚ ਆਇਆ ਅਤੇ ਰੱਸੀ ਦਾ ਕੋੜਾ ਬਣਾ ਕੇ ਪੈਸੇ ਬਦਲਣ ਵਾਲਿਆਂ ਨੂੰ ਬਾਹਰ ਕੱਢਿਆ, ਪਿੰਜਰੇ ਨੂੰ ਬਾਹਰ ਸੁੱਟ ਦਿੱਤਾ ਅਤੇ ਪੁਜਾਰੀਆਂ ਨੂੰ ਕੁੱਟਿਆ ਅਤੇ ਕਿਹਾ ਇਹ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ। ਉਸਨੇ ਕਿਹਾ ਕਿ ਜੇ ਤੁਸੀਂ ਉੱਥੇ ਹੁੰਦੇ ਤਾਂ ਤੁਸੀਂ ਕਿਸ ਨੂੰ ਪਰਮੇਸ਼ੁਰ ਦਾ ਸੇਵਕ ਸਮਝਦੇ? ਇਸ ਬਹੁਤ ਹੀ ਸਖਤ ਆਦਮੀ ਨੂੰ ਜਾਂ ਚੰਗੇ ਬੁੱਢੇ ਜਾਜਕ ਨੂੰ? ਅਸੀਂ ਇਸ ਤਰੀਕੇ ਦੁਆਰਾ ਇਹਨੂੰ ਜੱਜ ਨਹੀਂ ਕਰ ਸਕਦੇ। ਹੁਣ ਜਦੋਂ ਯਿਸੂ ਨੇ ਕਿਹਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਨਾਲ ਜਾਣੋਗੇ, ਤਾਂ ਪ੍ਰਚਾਰਕ ਇਸ ਦਾ ਮਤਲਬ ਇਹ ਸਮਝਦੇ ਹਨ ਕਿ ਤੁਸੀਂ ਕਿੰਨੇ ਨਰਮ ਹੋ ਸਕਦੇ ਹੋ, ਤੁਸੀਂ ਕਿੰਨੇ ਚੰਗੇ ਹੋ ਸਕਦੇ ਹੋ, ਤੁਸੀਂ ਕਿੰਨਾ ਮੁਸਕਰਾ ਸਕਦੇ ਹੋ। ਨਹੀਂ, ਇਹ ਉਹ ਨਹੀਂ ਹੈ ਜੋ ਇਹ ਕਹਿ ਰਿਹਾ ਹੈ। ਇਹ ਸਿਰਫ ਪਿਆਰ ਅਤੇ ਖੁਸ਼ੀ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਨਹੀਂ ਕਰ ਰਿਹਾ ਹੈ, ਇਹ ਪਵਿੱਤਰਤਾਈ ਦੇ ਮਾਪਦੰਡਾਂ ਦੀ ਗੱਲ ਕਰ ਰਿਹਾ ਹੈ। ਅਤੇ ਫਿਰ ਜਦੋਂ ਤੁਸੀਂ ਪਵਿੱਤਰਤਾਈ ਦੇ ਮਾਪਦੰਡਾਂ ਨੂੰ ਲਾਗੂ ਕਰਦੇ ਹੋ ਤਾਂ ਕੁਝ ਅਜਿਹਾ ਹੁੰਦਾ ਹੈ ਜੋ ਇਸ ਦੇ ਨਾਲ ਜਾਂਦਾ ਹੈ, ਅਤੇ ਭਾਵ ਇਹ ਪੁਸ਼ਟੀ ਕਰ ਰਿਹਾ ਹੈ ਕਿ ਤੁਸੀਂ ਸੱਚ ਦਾ ਪ੍ਰਚਾਰ ਕਰ ਰਹੇ ਹੋ। ਹੁਣ ਇਸ ਨੂੰ ਸਮਝੋ, ਇਹ ਉੱਥੇ ਬਹੁਤ ਹੀ ਟੈਕਨੀਕਲ ਹੈ। ਇਹ ਦਰਸਾਉਂਦਾ ਹੈ ਕਿ ਸੱਚ ਦਾ ਆਤਮਾ ਤੁਹਾਡੇ ਅੰਦਰ ਵੱਸ ਰਿਹਾ ਹੈ, ਅਤੇ ਜੇ ਸੱਚ ਦਾ ਆਤਮਾ ਤੁਹਾਡੇ ਅੰਦਰ ਵੱਸ ਰਿਹਾ ਹੈ ਤਾਂ ਤੁਸੀਂ ਸੱਚ ਦੇ ਆਦਮੀ ਹੋ। ਅਤੇ ਸਿਰਫ ਇਸ ਲਈ ਕਿ ਤੁਸੀਂ ਸੱਚ ਦੇ ਆਦਮੀ ਹੋ, ਹੁਣ ਤੁਸੀਂ ਉਸ ਪਵਿੱਤਰਤਾਈ ਨੂੰ ਸਥਾਪਿਤ ਕਰ ਸਕਦੇ ਹੋ, ਠੀਕ ਹੈ? ਲੋਕ ਮੈਨੂੰ ਇਹ ਕਹਿਣਾ ਪਸੰਦ ਨਹੀਂ ਕਰਦੇ, ਪਰ ਮੈਂ ਇਹ ਅਜੇ ਵੀ ਕਹਾਂਗਾ ਕਿਉਂਕਿ ਮੈਂ ਉਹਨਾਂ ਦੇ ਅਨੁਸਾਰ ਨਹੀਂ ਜੀ ਰਿਹਾ ਹਾਂ, ਅਤੇ ਮੈਂ ਜਗ੍ਹਾ ਦੀ ਭੀਖ ਨਹੀਂ ਮੰਗਦਾ ਕਿ ਜਿੱਥੇ ਜਾ ਕੇ ਮੈਂ ਪ੍ਰਚਾਰ ਕਰ ਸਕਾਂ। ਇਸ ਤਰ੍ਹਾਂ ਨਿਊਯਾਰਕ ਤੋਂ ਸ਼ੁਰੂ ਹੋਈਆਂ ਸਾਰੀਆਂ ਗਰਜਾਂ ਅਤੇ ਨਬੀ ਬਣਨ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਸੀਂ ਯਿਸੂ ਮਸੀਹ ਦੁਆਰਾ ਦਿੱਤੇ ਗਏ ਮਾਪਣ ਦੇ ਪੈਮਾਨੇ ਜਾਂ ਫੁੱਟੇ ਦੁਆਰਾ ਨਾਪ ਸਕਦੇ ਹਾਂ। ਇਹ 7 ਗਰਜਾਂ ਜਿਨ੍ਹਾਂ ਦਾ ਉਹ ਦਾਅਵਾ ਕਰਦੇ ਹਨ 1974 ਸਨ ਵਿੱਚ ਸ਼ੁਰੂ ਹੋਈਆਂ, ਅਤੇ ਇਸ ਗਰਜਾਂ ਦੀ ਬੇਦਾਰੀ ਨੇ ਭਾਈ ਬ੍ਰਹਮ ਦੇ ਪਵਿੱਤਰ ਸੰਦੇਸ਼ ਨੂੰ ਤਬਾਹ ਕਰ ਦਿੱਤਾ। ਹੁਣ ਮੈਂ ਇਸ ਨੂੰ ਪਰਮੇਸ਼ੁਰ ਵੱਲ ਕਿਵੇਂ ਸਵੀਕਾਰ ਕਰ ਸਕਦਾ ਹਾਂ ਜਦਕਿ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਨਾਲ ਜਾਣੋਗੇ? ਜਦੋਂ ਇਹਨਾਂ ਝੂਠੀਆਂ ਗਰਜਾਂ ਨੇ ਭਾਈ ਬ੍ਰਹਮ ਦੇ ਸੰਦੇਸ਼ ਦੇ ਮਿਆਰਾਂ ਨੂੰ ਤਬਾਹ ਕਰ ਦਿੱਤਾ, ਉਹਨਾਂ ਨੇ ਸਮਝੌਤਾ ਕੀਤਾ, ਇਸ ਨੂੰ ਵਿਗਾੜਿਆ ਅਤੇ ਸ਼ਰੇਆਮ ਇਸ ਨੂੰ ਬਦਲ ਦਿੱਤਾ। ਭ੍ਰਿਸ਼ਟ ਪ੍ਰਚਾਰਕ, ਉਹਨਾਂ ਨੇ ਭਾਈ ਬ੍ਰਹਮ ਦੁਆਰਾ ਸਥਾਪਿਤ ਕੀਤੇ ਪਹਿਰਾਵੇ ਨੂੰ ਬਦਲ ਦਿੱਤਾ। ਉਹਨਾਂ ਨੇ ਰਾਜ ਕਰਨ ਵਾਲੀਆਂ ਔਰਤਾਂ ਨੂੰ ਲਿਆਂਦਾ ਜੋ ਮੈਗਜ਼ੀਨ ਲਿਖਦੀਆਂ ਹਨ, ਜਿਨ੍ਹਾਂ ਕੋਲ ਆਪਣੀਆਂ ਵੈਬਸਾਈਟਾਂ ਹਨ, ਅਤੇ ਆਪਣੇ ਪਤੀ ਨੂੰ ਬੈੱਡਰੂਮ ਵਿੱਚ ਪ੍ਰਚਾਰ ਕਰਦੀਆਂ ਹਨ। ਤਦ ਪਤੀ ਪੁਲਪਟ 'ਤੇ ਆਉਂਦਾ ਹੈ। ਇਸ ਨੇ ਨਾਜ਼ੁਕ ਹੱਡੀ ਰਹਿਤ ਆਦਮੀਆਂ ਦਾ ਇੱਕ ਝੁੰਡ ਪੈਦਾ ਕੀਤਾ ਜੋ ਆਪਣੇ ਘਰਾਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ। ਉਹਨਾਂ ਗਰਜਾਂ ਨੇ ਲੋਕਾਂ ਨੂੰ ਟੈਲੀਵਿਜ਼ਨ ਵੱਲ ਵਾਪਸ ਭੇਜ ਦਿੱਤਾ। ਪ੍ਰਚਾਰਕ ਜਨਾਹਕਾਰੀ ਅਤੇ ਹਰਾਮਕਾਰੀ ਵਿੱਚ ਡਿੱਗ ਗਏ, ਅਤੇ ਇਸੇ ਤਰ੍ਹਾਂ ਕਲੀਸਿਆ ਵੀ। ਉਹਨਾਂ ਨੇ ਆਪਣੇ ਲੋਕਾਂ ਦਾ ਵਿਆਹ ਨਾ ਬਚੇ ਹੋਏ ਲੋਕਾਂ ਨਾਲ ਕਰ ਦਿੱਤਾ। ਕੀ ਅਸੀਂ ਇਸ ਨੂੰ ਪਰਮੇਸ਼ੁਰ ਵਜੋਂ ਸਵੀਕਾਰ ਕਰ ਸਕਦੇ ਹਾਂ? ਕਲੀਸਿਆ ਕਹਿੰਦੀ ਹੈ ਨਹੀਂ। ਅਤੇ ਯਿਸੂ ਨੇ ਜੋ ਕੁਝ ਕਿਹਾ ਉਸ ਦੇ ਆਧਾਰ 'ਤੇ, ਜੇ ਕੋਈ ਆਪਣੇ ਆਪ ਨੂੰ ਬਹੁਤ ਉੱਚਾ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ਅਤੇ ਬਿਜਲੀਆਂ ਗਰਜਾਂ ਅਤੇ ਭੂਚਾਲ ਹੋਣ ਦਾ ਦਾਅਵਾ ਕਰਦਾ ਹੈ ਅਤੇ ਸਾਡੇ ਰਸਤੇ ਆਉਂਦਾ ਹੈ ਅਤੇ ਗਰਜਾਂ ਦੀ ਬੇਦਾਰੀ ਦਾਅਵਾ ਕਰਦਾ ਹੈ, ਕੋਈ ਉੱਠ ਕੇ ਆਪਣੇ ਆਪ ਨੂੰ ਨਬੀ ਹੋਣ ਦਾ ਦਾਅਵਾ ਕਰਦਾ ਹੈ ਜੋ ਫਸਲ ਦੀ ਵਾਢੀ ਕਰਨ ਲਈ ਦੁਨੀਆ ਭਰ ਵਿੱਚ ਜਾਵੇਗਾ, ਦੁਨੀਆ ਭਰ ਵਿੱਚ ਬਹੁਤ ਸਾਰੇ 8ਵੇਂ ਦੂਤ ਉੱਠ ਖਲੋਤੇ, ਅਤੇ ਫਿਰ ਜਦੋਂ ਉਹ ਆਪਣੇ ਸੁੱਜੇ ਹੋਏ
ਪ੍ਰਕਾਸ਼ਨ ਦਾ ਪ੍ਰਚਾਰ ਕਰਨਗੇ ਅਤੇ ਉਸ ਪਵਿੱਤਰ ਸੰਦੇਸ਼ ਨੂੰ ਤਬਾਹ ਕਰ ਦੇਣਗੇ ਜਿਸ ਨੂੰ ਸਥਾਪਿਤ ਕਰਨ ਲਈ ਭਾਈ ਬ੍ਰਹਮ ਨੇ ਮਿਹਨਤ ਕੀਤੀ ਸੀ। ਤਾਂ ਕੀ ਤੁਸੀਂ ਉਸ ਨੂੰ ਪਰਮੇਸ਼ੁਰ ਕਹੋਗੇ? ਮੈਨੂੰ ਤੁਹਾਡੀਆਂ ਆਵਾਜ਼ਾਂ ਸੁਣਨ ਦਿਓ। ਕਲੀਸਿਆ ਕਹਿੰਦੀ ਹੈ, ਨਹੀਂ, ਮੈਂ ਕਹਿੰਦਾ ਹਾਂ ਕਿ ਇਹ ਸ਼ੈਤਾਨ ਹੈ। ਮੈਂ ਕਹਿ ਰਿਹਾ ਹਾਂ ਇਹ ਇੱਕ ਝੂਠਾ ਨਬੀ ਹੈ। ਮੈਂ ਉਹਨਾਂ ਝੂਠੇ ਨਬੀਆਂ ਤੋਂ ਸਾਵਧਾਨ ਰਹਿਣ ਲਈ ਕਹਿ ਰਿਹਾ ਹਾਂ ਜੋ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ। ਆਪਣੇ ਆਪ ਨੂੰ ਮਹਾਰਾਜੀ ਦੀ ਤਲਵਾਰ ਅਤੇ ਪਰਮੇਸ਼ੁਰ ਦੇ ਸੱਚੇ ਸੇਵਕਾਂ ਦੇ ਸੰਪਰਕ ਤੋਂ ਬਚਣ ਲਈ। ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਝੂਠੇ ਨਬੀਆਂ ਨੇ ਕੀ ਤਿਆਰ ਕੀਤਾ? ਇਹਨਾਂ ਝੂਠੇ ਨਬੀਆਂ ਨੇ ਪਿਆਰ ਦੀ ਖੁਸ਼ਖਬਰੀ ਭਾਵ ਲਵ ਗੋਸਪਲ ਦੀ ਇੱਕ ਸਿੱਖਿਆ ਸਥਾਪਿਤ ਕੀਤੀ ਜੋ ਕਿ ਨਾ ਛੂਹੋ, ਨਾ ਚੱਖੋ, ਨਾ ਕਿਸੇ ਚੀਜ਼ ਨੂੰ ਹੈਂਡਲ ਕਰੋ, ਨਾ ਬੁਰਾ ਬੋਲੋ, ਕਿਸੇ ਹੋਰ ਭਰਾ ਦੀ ਸਿੱਖਿਆ ਨੂੰ ਝੂਠਾ ਨਾ ਕਹੋ, ਅਤੇ ਇਹ ਨਾ ਕਹੋ ਕਿ ਉਹ ਭਰਾ ਝੂਠਾ ਨਬੀ ਹੈ, ਅਤੇ ਤੁਸੀਂ ਕਦੇ ਵੀ ਮਸੀਹ ਵਿਰੋਧੀ ਨਾ ਕਹੋ, ਅਤੇ ਤੁਸੀਂ ਇਹ ਨਾ ਕਹੋ ਕਿ ਕੋਈ ਸੰਦੇਸ਼ ਤੋਂ ਭਟਕ ਗਿਆ ਹੈ। ਸਾਨੂੰ ਏਕਤਾ ਅਤੇ ਪਿਆਰ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਝੂਠੇ ਪਖੰਡੀ ਹੋ। ਯਿਸੂ ਨੇ ਠੀਕ ਕਿਹਾ ਸੀ, ਉਹ ਭੇਡਾਂ ਦੇ ਕੱਪੜਿਆਂ ਵਿੱਚ ਤੁਹਾਡੇ ਕੋਲ ਆਉਂਦੇ ਹਨ। ਇਹ ਭੇਡਾਂ ਦੇ ਕੱਪੜੇ ਹਨ। ਤੁਸੀਂ ਦਿਖਾ ਰਹੇ ਹੋ ਕਿ ਇਸ ਪਿਆਰ ਅਤੇ ਸੱਚਾਈ ਦਾ ਸਬੂਤ ਤੁਹਾਡੀ ਨਰਮ ਸ਼ਖਸੀਅਤ ਹੈ ਅਤੇ ਤੁਹਾਡੀ ਸਮਝੌਤਾ ਕਰਨ ਵਾਲੀ ਪਖੰਡੀ ਸ਼ਖਸੀਅਤ ਹੈ ਜੋ ਪਾਪ ਦੇ ਵਿਰੁੱਧ ਨਹੀਂ ਚੀਖੇਗੀ ਅਤੇ ਇਹ ਭਾਈ ਬ੍ਰਹਮ ਦੇ ਸੰਦੇਸ਼ ਨੂੰ ਪਵਿੱਤਰ ਮਾਪਦੰਡਾਂ ਵਿੱਚ ਸਥਾਪਿਤ ਨਹੀਂ ਕਰੇਗੀ। ਕੀ ਇਹ ਠੀਕ ਹੈ? ਇਸ ਲਈ ਹੁਣ ਉਹ ਅਜਿਹਾ ਕਰਕੇ ਆਪਣੇ ਆਪ ਨੂੰ ਭੇਡਾਂ ਦੇ ਰੂਪ ਵਿੱਚ ਦਰਸਾ ਰਹੇ ਹਨ ਅਤੇ ਲੋਕਾਂ ਅੱਗੇ ਇਸੇ ਚੀਜ਼ ਨੂੰ ਮਾਪਦੰਡ ਵਜੋਂ ਰੱਖ ਰਹੇ ਹਨ ਕਿ ਉਹ ਇਸੇ ਚੀਜ਼ ਦੁਆਰਾ ਜਾਂਚਣ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ। ਦੂਜੇ ਸ਼ਬਦਾਂ ਵਿੱਚ, ਇਹ ਪ੍ਰਚਾਰਕ ਇੱਕ ਉਤਾਵਲਾ ਕਿਸਮ ਦਾ ਵਿਅਕਤੀ ਹੈ। ਤੁਸੀਂ ਵੇਖਦੇ ਹੋ ਕਿ ਉਹ ਕਿਵੇਂ ਗਰਜਨ ਨੂੰ ਝੂਠਾ ਕਹਿੰਦਾ ਹੈ। ਤੁਸੀਂ ਵੇਖਦੇ ਹੋ ਕਿ ਉਹ ਨਿਊਯਾਰਕ ਬਾਰੇ ਕਿਵੇਂ ਗੱਲ ਕਰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਹ ਨਿਊਯਾਰਕ ਵਿੱਚ ਕਿਸ ਬਾਰੇ ਗੱਲ ਕਰ ਰਿਹਾ ਹੈ। ਤੁਸੀਂ ਵੇਖਦੇ ਹੋ ਕਿ ਉਹ ਉਸ ਵਿਅਕਤੀ ਦੇ ਬਾਰੇ ਜੋ ਕਿਤੇ ਕੂਚ ਦੀ ਸਿੱਖਿਆ ਦਿੰਦਾ ਹੈ ਅਤੇ ਸਾਰਿਆਂ ਨੂੰ ਤੀਸਰੇ ਕੂਚ ਵਿੱਚ ਲੈ ਕੇ ਜਾ ਰਿਹਾ ਹੈ ਕਿਵੇਂ ਬੋਲਦਾ ਹੈ। ਤੁਸੀਂ ਆਦਮੀ ਦੀ ਸ਼ਖਸੀਅਤ ਦੇਖ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਇਹ ਆਦਮੀ ਉਸ ਕੋਲ ਪਿਆਰ ਨਹੀਂ ਹੈ, ਉਸ ਕੋਲ ਸਹੀ ਕਿਸਮ ਦੀ ਸ਼ਖਸੀਅਤ ਨਹੀਂ ਹੈ ਅਤੇ ਤੁਸੀਂ ਹੁਣ ਇਸ ਸਾਰੀ ਚੀਜ਼ ਨੂੰ ਚੰਗਾ ਲੜਕਾ ਬਣਨ ਦਾ ਮਾਮਲਾ ਬਣਾ ਰਹੇ ਹੋ ਅਤੇ ਇਹ ਕੋਈ ਚੰਗਾ ਲੜਕਾ ਬਣਨ ਦਾ ਮਾਮਲਾ ਨਹੀਂ ਹੈ। ਇਹ ਕੁਝ ਅਜਿਹਾ ਹੈ ਜਿਵੇਂ ਯਿਸੂ ਨੇ ਮੱਤੀ 23 ਵਿੱਚ ਕਿਹਾ ਸੀ, ਹੇ ਪਖੰਡੀ ਗ੍ਰੰਥੀਓ ਅਤੇ ਫਰੀਸੀਓ, ਤੁਸੀਂ ਚਿੱਟੀਆਂ ਕਬਰਾਂ ਵਰਗੇ ਹੋ ਅਤੇ ਤੁਹਾਡੇ ਅੰਦਰ ਮਰੇ ਹੋਏ ਆਦਮੀਆਂ ਦੀਆਂ ਹੱਡੀਆਂ ਭਰੀਆਂ ਹੋਈਆਂ ਹਨ। ਗ੍ਰੰਥੀਓ ਅਤੇ ਫਰੀਸੀਓ, ਤੁਸੀਂ ਪਖੰਡੀਓ, ਤੁਸੀਂ ਕਬਰਾਂ ਵਰਗੇ ਹੋ ਜੋ ਦਿਖਾਈ ਨਹੀਂ ਦਿੰਦੀਆਂ ਅਤੇ ਜਿਹੜੇ ਆਦਮੀ ਤੁਹਾਡੇ ਉੱਪਰ ਤੁਰਦੇ ਹਨ ਉਹ ਨਹੀਂ ਜਾਣਦੇ ਕਿ ਉਹ ਕਬਰਾਂ 'ਤੇ ਤੁਰਦੇ ਹਨ। ਹਾਂ ਸ਼੍ਰੀਮਾਨ, ਇਹ ਪਖੰਡੀ ਗ੍ਰੰਥੀਓ ਅਤੇ ਫਰੀਸੀਓ, ਤੁਸੀਂ ਵਿਧਵਾ ਦੇ ਘਰ ਨੂੰ ਚੱਟ ਕਰ ਜਾਂਦੇ ਹੋ ਅਤੇ ਦਿਖਾਵੇ ਲਈ ਲੰਬੀਆਂ ਲੰਬੀਆਂ ਪ੍ਰਾਰਥਨਾਵਾਂ ਕਰਦੇ ਹੋ। ਪਿਆਰ ਸੁਧਾਰ ਕਰਨਾ ਹੈ, ਪਿਆਰ ਝਿੜਕਣਾ ਹੈ, ਪਿਆਰ ਪਰਮੇਸ਼ਰ ਦੇ ਬਚਨ ਦੀ ਪਾਲਣਾ ਕਰਨਾ ਹੈ, ਇਹ ਪਿਆਰ ਹੈ। ਪਰ ਹੁਣ ਇਸ ਝੂਠੇ ਨਬੀ ਨੇ ਜੋ ਭੇਡਾਂ ਦੇ ਭੇਸ ਵਿੱਚ ਹੈ ਭੇਡਾਂ ਵਾਂਗ ਦਿਖਣ ਨੂੰ ਹੀ ਮਾਪਦੰਡ ਬਣਾਇਆ ਜਿਸ ਨਾਲ ਤੁਸੀਂ ਸਮਝ ਆਵੋ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ। ਇਹ ਭੇਡਾਂ ਦਾ ਭੇਸ ਨਹੀਂ ਹਨ, ਪਰ ਇਹ ਤਾਂ ਉਹ ਫਲ ਹੈ ਜੋ ਤੁਸੀਂ ਪੈਦਾ ਕਰਦੇ ਹੋ। ਇਹ ਤਾਂ ਹੈ ਜੇ ਤੁਸੀਂ ਪਵਿੱਤਰਤਾ ਦੇ ਮਾਪਦੰਡਾਂ ਨੂੰ ਕਾਇਮ ਰੱਖ ਸਕਦੇ ਹੋ ਅਤੇ ਚਾਹੇ ਤੁਹਾਨੂੰ ਸਖਤ ਹੋਣਾ ਪਵੇ, ਚਾਹੇ ਤੁਹਾਨੂੰ ਝਿੜਕਣਾ ਪਵੇ ਅਤੇ ਸੰਦੇਸ਼ ਦੇ ਪਵਿੱਤਰ ਮਾਪਦੰਡਾਂ ਨੂੰ ਨਿਰਧਾਰਿਤ ਕਰਨ ਲਈ ਭਾਵੇਂ ਤੁਹਾਨੂੰ ਭਾਈ ਬ੍ਰਹਮ ਵਾਂਗ ਬਹੁਤ ਸਖਤ ਹੋਣਾ ਪਵੇ, ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ ਤਾਂ ਤੁਸੀਂ ਇਹਨੂੰ ਕਰਨ ਜਾ ਰਹੇ ਹੋ। ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਆਪਣੀ ਮਾਂ ਦੀ ਕੁੱਖ ਤੋਂ ਪਵਿੱਤਰ ਆਤਮਾ ਮਿਲਿਆ ਸੀ ਅਤੇ ਜਦੋਂ ਉਸਨੇ ਉਹਨਾਂ ਆਦਮੀਆਂ ਨੂੰ ਵੇਖਿਆ ਤਾਂ ਉਸਨੇ ਕਿਹਾ,
ਤੁਹਾਨੂੰ ਆਉਣ ਵਾਲੇ ਪਰਮੇਸ਼ੁਰ ਦੇ ਕ੍ਰੋਧ ਤੋਂ ਕਿਨ ਭਜਣਾ ਦੱਸਿਆ। ਇਸ ਲਈ ਤੌਬਾ ਦੇ ਯੋਗ ਫਲ ਲੈ ਕੇ ਆਓ। ਤੁਸੀਂ ਸੁਣਿਆ ਕਿ ਉਸਨੇ ਕੀ ਮੰਗਿਆ ਸੀ? ਉਸਨੇ ਕਿਹਾ, ਆਪਣੇ ਗਾਉਣ ਪਹਿਨੇ ਪਾ ਦੀ ਦੋਸਤ ਨਾਲ ਇੱਥੇ ਨਾ ਆਓ, ਇੱਥੇ ਨਰਮ ਅਤੇ ਮਿੱਠੀਆਂ ਗੱਲਾਂ ਕਰਦੇ ਨਾ ਆਓ, ਆਪਣੇ ਪਾਦ ਦੀ ਸੁਭਾਅ ਅਤੇ ਆਪਣੀ ਸ਼ਾਨਦਾਰ ਸ਼ਖਸੀਅਤ ਨਾਲ ਇੱਥੇ ਨਾ ਆਓ। ਅਤੇ ਉਹ ਪਾਣੀ ਵਿੱਚ ਖੜ੍ਹਾ ਇੱਕ ਸਖਤ ਆਦਮੀ ਸੀ। ਉਸਨੇ ਕਿਹਾ, ਕੁਹਾੜਾ ਰੁੱਖ ਦੀ ਜੜ੍ਹ 'ਤੇ ਰੱਖਿਆ ਹੋਇਆ ਹੈ ਅਤੇ ਹਰ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਸਨੂੰ ਕੱਟ ਦਿੱਤਾ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। ਉਸਨੇ ਕਿਹਾ ਕਿ ਤੁਹਾਡੇ ਫਲ ਮਹੱਤਵਪੂਰਨ ਚੀਜ਼ ਹਨ, ਤੁਹਾਡੇ ਹੰਝੂ ਨਹੀਂ, ਨਾ ਹੀ ਮੀਟਿੰਗ ਵਿੱਚ ਆਉਣਾ, ਨਾ ਹੀ ਤੁਹਾਡਾ ਪਛਤਾਵਾ, ਪਰ ਇਹ ਉਹ ਫਲ ਹਨ ਜੋ ਤੁਸੀਂ ਪੈਦਾ ਕਰਦੇ ਹੋ। ਹਾਂ, ਇਸ ਲਈ ਤੌਬਾ ਦੇ ਯੋਗ ਫਲ ਲਿਆਓ, ਉਹਨਾਂ ਦੇ ਫਲਾਂ ਨਾਲ ਤੁਸੀਂ ਉਹਨਾਂ ਨੂੰ ਜਾਣੋਗੇ। ਉਸਨੇ ਫਲਾਂ ਦੀ ਮੰਗ ਕੀਤੀ। ਦੋਸਤ, ਫਲਾਂ ਦਾ ਮਤਲਬ ਚੰਗਾ ਵਿਵਹਾਰ ਨਹੀਂ। ਫਲਾਂ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਪਾਦਰੀ ਵਾਂਗ ਤੁਰ ਰਹੇ ਹੋ ਅਤੇ ਤੁਸੀਂ ਕੀੜੀਆਂ ਨੂੰ ਨਹੀਂ ਮਿਧਦੇ। ਕੀ ਤੁਸੀਂ ਜਾਣਦੇ ਹੋ, ਇਸੇ ਨੇ ਮੇਰੇ ਪ੍ਰਚਾਰਕ ਸਾਥੀਆਂ ਨੂੰ ਮੂਰਖ ਬਣਾਇਆ। ਹਾਂ, ਇੱਕ ਆਦਮੀ ਇੱਥੇ ਆਇਆ ਅਤੇ ਉਸਨੇ ਕਿਹਾ ਕਿ ਉਹ ਇੱਕ ਖੁਸਰਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਹ ਮੇਰੇ ਚੰਗੇ ਦੋਸਤਾਂ ਨੂੰ ਨਾਲ ਲੈ ਗਿਆ। ਉਹਨਾਂ ਨੇ ਕਿਹਾ, ਅਸੀਂ ਅਜਿਹਾ ਪਰਾਕਾ ਦੇ ਨਹੀਂ ਵੇਖਿਆ। ਉਹਨਾਂ ਨੇ ਕਿਹਾ, ਉਹ ਆਦਮੀ ਸਿੱਧ ਮਨੁੱਖ ਦੀ ਡੀਲ ਡੋਲ ਵਿੱਚ ਹੈ। ਉਹ ਕੁਝ ਸ਼ਬਦ ਬੋਲਦਾ ਹੈ ਅਤੇ ਫਿਰ ਉਹ ਰੋਂਦਾ ਹੈ ਅਤੇ ਉਹ ਰੂਹਾਨੀ ਅਤੇ ਕੁਦਰਤੀ ਤੌਰ 'ਤੇ ਇੱਕ ਖੁਸਰਾ ਹੈ। ਮੇਰੇ ਭਾਈ, ਇਹ ਪ੍ਰਚਾਰਕ ਖੜ੍ਹਾ ਹੋਇਆ ਅਤੇ ਉਸਨੇ ਕਿਹਾ, ਉਹ ਮਸੀਹ ਵਿਰੋਧੀ ਹੈ, ਉਹ ਦੋ ਪੈਰਾਂ ਵਾਲਾ ਸੱਪ ਹੈ, ਉਹ ਇੱਕ ਸ਼ੈਤਾਨ ਹੈ, ਮੇਰਾ ਉਸ ਨਾਲ ਕੋਈ ਵੀ ਲੈਣ ਦੇਣਾ ਨਹੀਂ ਹੈ। ਮੈਂ ਇੱਕ ਦਰਜਨ ਤੋਂ ਥੋੜ੍ਹੇ ਜਿਹੇ ਵੱਧ ਲੋਕਾਂ ਨੂੰ ਹੀ ਉਸਦੇ ਧੋਖੇ 'ਚੋਂ ਬਾਹਰ ਕੱਢਣ ਦੇ ਯੋਗ ਸੀ। ਮੈਂ ਕਿਹਾ, ਉਹ ਫਲ ਜੋ ਉਹ ਪੈਦਾ ਕਰ ਰਿਹਾ ਹੈ ਪਰਮੇਸ਼ੁਰ ਦੇ ਫਲ ਨਹੀਂ। ਬਸ ਮੁੱਠੀ ਭਰ ਤੋਂ ਬਿਨਾਂ ਕਿਸੇ ਨੇ ਵੀ ਮੇਰੇ 'ਤੇ ਵਿਸ਼ਵਾਸ ਨਹੀਂ ਕੀਤਾ। ਉਹਨਾਂ ਨੂੰ ਹੋਸ਼ ਵਿੱਚ ਆਉਣ ਲਈ ਕਈ ਸਾਲ ਲੱਗ ਗਏ। ਭਰਾ ਮੇਰੇ ਕੋਲ ਆਏ, ਉਹਨਾਂ ਨੇ ਕਿਹਾ, ਬ੍ਰਦਰ, ਇਹ ਚੀਜ਼ ਕਿੱਥੇ ਖਤਮ ਹੋਣ ਵਾਲੀ ਹੈ? ਮੈਂ ਕਿਹਾ, ਪਹਿਲੀ ਵਾਰ ਜਦੋਂ ਉਹਨਾਂ ਵਿੱਚੋਂ ਕੁਝ ਆਪਣੀਆਂ ਪਤਨੀਆਂ ਨੂੰ ਗਵਾ ਦੇਣਗੇ ਤਾਂ ਸਾਰੀ ਚੀਜ਼ ਤਬਾਹ ਹੋ ਜਾਵੇਗੀ। ਮੈਂ ਕਿਹਾ, ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਉਹ ਕੋਈ ਖੁਸਰਾ ਨਹੀਂ ਹੈ। ਜ਼ਿਆਦਾ ਦੇਰ ਨਹੀਂ ਹੋਈ, ਕੁਝ ਸਾਲਾਂ ਬਾਅਦ ਉਹ ਹੋਸ਼ ਵਿੱਚ ਆਏ। ਮੇਰੇ ਭਰਾਵੋ ਅਤੇ ਭੈਣੋ, ਇਹ ਆਦਮੀ ਸੰਦੇਸ਼ ਦੇ ਪਵਿੱਤਰਤਾਈ ਦੇ ਮਾਪਦੰਡਾਂ ਨੂੰ ਸਮਝਾਉਣ ਲਈ ਪਿਆਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਅਤੇ ਉਹ ਪਵਿੱਤਰ ਸੰਦੇਸ਼ਾਂ ਦੇ ਮਿਆਰ ਨੂੰ ਤੋੜਦੇ ਹਨ ਅਤੇ ਸਰੀਰਕ ਕਮਜ਼ੋਰੀਆਂ ਵਜੋਂ ਬਹਾਨਾ ਲਾਉਂਦੇ ਹਨ। ਉਹਨਾਂ ਨੇ ਕਿਹਾ, ਕਿਸੇ ਨੂੰ ਵੀ ਦੂਸਰੇ ਨੂੰ ਉਸਦੀਆਂ ਕਮਜ਼ੋਰੀਆਂ ਲਈ ਜੱਜ ਕਰਨਾ ਨਹੀਂ ਚਾਹੀਦਾ। ਬਸ ਪ੍ਰਚਾਰਕ ਕਮਜ਼ੋਰ ਹੋ ਗਿਆ ਸੀ ਅਤੇ ਉਸਨੇ ਜਨਾਹਕਾਰੀ ਕੀਤੀ ਅਤੇ ਉਹ ਹਰਾਮਕਾਰੀ ਵਿੱਚ ਵੀ ਰਹਿੰਦਾ ਰਿਹਾ। ਇੱਕ ਪ੍ਰਚਾਰਕ ਕਮਜ਼ੋਰ ਹੋ ਗਿਆ ਅਤੇ ਉਹ 5 ਔਰਤਾਂ ਨਾਲ ਰਹਿੰਦਾ ਸੀ ਅਤੇ ਯਿਸੂ ਮਸੀਹ ਦਾ ਲਹੂ ਬਹੁਤ ਤਾਕਤਵਰ ਹੈ। ਉਸ ਨੂੰ ਸਿਰਫ਼ ਤੌਬਾ ਕਰਨ ਦੀ ਲੋੜ ਹੈ ਅਤੇ ਵਾਪਸ ਪੁਲਪਟ 'ਤੇ ਆਉਣ ਦੀ ਲੋੜ ਹੈ। ਨਹੀਂ ਸ਼੍ਰੀਮਾਨ, ਇਹ ਕਲੀਸੇ ਦਸਤੂਰ ਦੇ ਪਵਿੱਤਰ ਮਾਪਦੰਡਾਂ ਦੇ ਅਨੁਸਾਰ ਨਹੀਂ ਹੈ। ਭਾਈ ਬ੍ਰਹਮ ਨੇ ਕਿਹਾ, ਜੇ ਉਹ ਪ੍ਰਚਾਰਕ ਅਨੈਤਿਕ ਤਰੀਕੇ ਨਾਲ ਜਿਉਂਦਾ ਹੈ ਤਾਂ ਤੁਹਾਨੂੰ ਉਸਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਜੀ ਹਾਂ ਸ਼੍ਰੀਮਾਨ, ਇਸ ਲਈ ਹੁਣ ਉਹ ਪਵਿੱਤਰ ਮਿਆਰਾਂ ਨੂੰ ਤੋੜਨ ਲਈ ਜੋ ਬਹਾਨੇ ਬਣਾਉਂਦੇ ਹਨ ਉਹ ਇਹ ਹੈ ਕਿ ਇੱਕ ਭਰਾ ਨੇ ਗਲਤੀ ਕੀਤੀ ਅਤੇ ਇੱਕ ਟੈਲੀਵਿਜ਼ਨ ਖਰੀਦਿਆ ਅਤੇ ਜਿਵੇਂ ਜਿਵੇਂ ਉਹ ਮਜ਼ਬੂਤ ਹੁੰਦਾ ਜਾਵੇਗਾ ਤਾਂ ਉਹ ਜਿੱਤ ਪਾ ਲਵੇਗਾ। ਕਿੱਦਾਂ ਦੀ ਗਲਤੀ? ਕੀ ਤੁਸੀਂ ਜਾਣਦੇ ਹੋ ਕਿ ਟੈਲੀਵਿਜ਼ਨ 'ਤੇ ਉਹਨਾਂ ਗੰਦੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਅਤੇ ਅਨੈਤਿਕ ਜੀਵਨ ਜਿਉਣ ਲਈ ਤੁਹਾਨੂੰ ਕਿੰਨੀ ਵਾਰ ਆਪਣੀ ਜ਼ਮੀਰ ਨੂੰ ਕੱਟਣਾ
ਪੈਂਦਾ ਹੈ। ਇਸ ਦੇ ਲਈ ਕੋਈ ਬਹਾਨਾ ਨਹੀਂ ਹੈ। ਝੂਠੀਆਂ ਗਰਜਾਂ ਦੇ ਪੈਰੋਕਾਰ ਅਜਿਹੀਆਂ ਚੀਜ਼ਾਂ ਦੇ ਦੋਸ਼ੀ ਹਨ। ਇਹ ਸਾਬਤ ਕਰਦਾ ਹੈ ਕਿ ਉਹਨਾਂ ਦੇ ਸੁਭਾਅ ਭ੍ਰਿਸ਼ਟ ਹਨ, ਉਹਨਾਂ ਦਾ ਨਵਾਂ ਜਨਮ ਨਹੀਂ ਹੋਇਆ, ਉਹਨਾਂ ਦੇ ਅੰਦਰ ਪਰਮੇਸ਼ਰ ਦਾ ਕੋਈ ਆਤਮਾ ਨਹੀਂ ਹੈ। ਕੋਈ ਵੀ ਜੋ ਪਵਿੱਤਰ ਸੰਦੇਸ਼ ਨੂੰ ਸ਼ਰੇਆਮ ਤੋੜਦਾ ਹੈ, ਉਹ ਗਰਜਾਂ ਹੋਣ ਦਾ ਦਾਅਵਾ ਕਰ ਸਕਦੇ ਹਨ, ਉਹ ਕਿਸੇ ਭੁਚਾਲ ਹੋਣ ਦਾ ਦਾਅਵਾ ਕਰ ਸਕਦੇ ਹਨ, ਪਰ ਉਹਨਾਂ ਦਾ ਨਵਾਂ ਜਨਮ ਨਹੀਂ ਹੋਇਆ। ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਪ੍ਰਚਾਰ ਜੋ ਕਹਿ ਰਿਹਾ ਹੈ ਉਹ ਸੱਚ ਹੈ, ਅਤੇ ਉਹਨਾਂ ਵਿੱਚ ਪਰਮੇਸ਼ੁਰ ਦਾ ਆਤਮਾ ਨਹੀਂ ਹੈ, ਨਹੀਂ ਤਾਂ ਉਹ ਅਜਿਹਾ ਨਾ ਕਰਦੇ। ਜਦੋਂ ਉਹ ਪਵਿੱਤਰ ਆਤਮਾ ਆਵੇਗਾ ਤਾਂ ਉਹ ਤੁਹਾਡੀ ਸਾਰੀ ਸੱਚਾਈ ਵੱਲ ਅਗਵਾਈ ਕਰੇਗਾ। ਜਿਹੜੇ ਉਹਨਾਂ ਦਾ ਵਿਸ਼ਵਾਸ ਕਰਦੇ ਰਹਿੰਦੇ ਹਨ, ਪ੍ਰਚਾਰਕ ਉਹਨਾਂ ਨੂੰ ਗੁੰਮਰਾਹ ਕਰਦੇ ਹਨ। ਅੱਜ ਉਹਨਾਂ ਦੇ ਇਹ ਬਹਾਨੇ ਹਨ ਕਿ ਉਹਨਾਂ ਦੀਆਂ ਗਲਤੀਆਂ ਪਹਿਲਾਂ ਤੋਂ ਨਿਰਧਾਰਿਤ ਸਨ, ਇਹ ਪਹਿਲਾਂ ਤੋਂ ਠਹਿਰਾਈਆਂ ਹੋਈਆਂ ਹਨ, ਅਤੇ ਉਹਨਾਂ ਨੂੰ ਇੱਕ ਖਾਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਕਿਸੇ ਵੀ ਸਮੇਂ ਕੋਈ ਪ੍ਰਚਾਰਕ ਪਰਮੇਸ਼ੁਰ ਲੋਕਾਂ ਨੂੰ ਗੁੰਮਰਾਹ ਕਰੇਗਾ ਅਤੇ ਜਨਾਹਕਾਰੀ ਕਰੇਗਾ, ਅਤੇ ਉਹਨਾਂ ਨੂੰ ਵੀ ਅਜਿਹੇ ਦੁਸ਼ਟ ਤਰੀਕੇ 'ਚ ਰਹਿਣ ਦੇਵੇਗਾ, ਅਤੇ ਤੋਬਾ ਕਰਨ ਦੀ ਬਜਾਏ ਬਹਾਨਾ ਬਣਾ ਕੇ ਕਹੇਗਾ ਕਿ ਇਹ ਪਰਮੇਸ਼ੁਰ ਦੁਆਰਾ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲਾਂ ਦਾ ਠਹਿਰਾਇਆ ਗਿਆ ਸੀ, ਇਹ ਮੈਨੂੰ ਹੋਰ ਸਿਖਲਾਈ ਦੇਣ ਲਈ ਸੀ। ਤੁਸੀਂ ਇੱਕ ਝੂਠੇ ਨਬੀ ਹੋ, ਤੁਸੀਂ ਧੋਖੇਬਾਜ਼ ਪਖੰਡੀ ਹੋ। ਜਦੋਂ ਵੀ ਮਨੁੱਖ ਪਾਪ ਕਰਦਾ ਹੈ ਤਾਂ ਪਰਮੇਸ਼ੁਰ ਕੋਲ ਵਾਪਸ ਆਉਣ ਦਾ ਇੱਕੋ ਇੱਕ ਤਰੀਕਾ ਹੁੰਦਾ ਹੈ, ਇੱਕੋ ਇੱਕ ਰਸਤਾ ਹੁੰਦਾ ਹੈ, ਅਤੇ ਉਹ ਹੈ ਤੌਬਾ ਕਰਨਾ ਅਤੇ ਸੱਚਾਈ ਨੂੰ ਸਵੀਕਾਰ ਕਰਨਾ। ਅਤੇ ਜਿਸ ਕਿਸੇ ਨਾਲ ਵੀ ਤੁਸੀਂ ਗਲਤ ਕੀਤਾ, ਤੁਹਾਨੂੰ ਆਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਨਮਰ ਕਰਨਾ ਚਾਹੀਦਾ ਹੈ। ਅਤੇ ਉਹ ਲੋਕ ਜੋ ਪਰਮੇਸ਼ੁਰ ਦੇ ਬਚਨ ਦੇ ਲਈ ਜੱਦੋ ਜਹਿਦ ਕਰਦੇ ਹਨ, ਤੁਹਾਨੂੰ ਜਾ ਕੇ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਬਚਨ ਲਈ ਖੜ੍ਹੇ ਸਨ ਅਤੇ ਤੁਸੀਂ ਬਚਨ ਲਈ ਖੜ੍ਹੇ ਨਹੀਂ ਹੋਏ। ਮੇਰੇ ਦੋਸਤਾਂ ਨੂੰ, ਤਿੰਨ ਵੱਡੇ ਧੋਖੇ ਵਿੱਚ ਧੋਖਾ ਦਿੱਤੇ ਜਾਣ ਤੋਂ ਬਾਅਦ ਕੀ ਉਹ ਮੇਰੇ ਕੋਲ ਵਾਪਸ ਆਏ ਅਤੇ ਕਦੇ ਕਿਹਾ ਮੈਨੂੰ ਅਫਸੋਸ ਹੈ? ਨਹੀਂ, ਇੱਕ ਵਾਰ ਵੀ ਨਹੀਂ। ਕੀ ਉਹਨਾਂ ਨੇ ਕਦੇ ਪੁਲਪਟ ਤੋਂ ਮੇਰੀ ਨਿੰਦਾ ਕਰਨ ਲਈ ਤੌਬਾ ਕੀਤੀ ਅਤੇ ਮੈਨੂੰ ਦੱਖਣੀ ਆਕਾਸ਼ ਵਿੱਚ ਬਿੱਛੂ ਦੀ ਪੂੰਛ ਵਜੋਂ ਦਰਸਾਉਣ ਲਈ ਜੋ ਜ਼ਹਿਰ ਨਾਲ ਭਰਿਆ ਹੋਇਆ ਹੈ ਕਦੇ ਅਫਸੋਸ ਕੀਤਾ? ਕੀ ਉਹ ਕਦੇ ਆਏ ਸਨ ਅਤੇ ਮੇਰੇ ਕੋਲ ਪਛਤਾਵਾ ਕੀਤਾ ਕਿ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਸਮਝਦੇ ਹਨ ਕਿ ਮੈਂ ਇੱਕ ਵਿਭਚਾਰੀ ਹਾਂ? ਅਸੰਭਵ। ਤੁਸੀਂ ਮੈਨੂੰ ਦੱਸਣਾ ਚਾਹੁੰਦੇ ਹੋ ਕਿ ਇਹ ਪਰਮੇਸ਼ੁਰ ਹੈ? ਨਹੀਂ ਸ਼੍ਰੀਮਾਨ। ਤਿੰਨ ਵੱਖ ਵੱਖ ਧੋਖਿਆਂ ਨਾਲ ਭਰਮਾਏ ਜਾਣ ਤੋਂ ਬਾਅਦ ਤੁਸੀਂ ਕਦੇ ਪਛਤਾਵਾ ਨਹੀਂ ਕੀਤਾ। ਤੁਸੀਂ ਉਹਨਾਂ ਲੋਕਾਂ ਨੂੰ ਸਤਾਇਆ ਜੋ ਬਚਣ ਲਈ ਖੜ੍ਹੇ ਸਨ, ਕਦੇ ਵੀ ਉਹਨਾਂ ਲੋਕਾਂ ਕੋਲ ਵਾਪਸ ਨਹੀਂ ਆਏ ਅਤੇ ਕਿਹਾ ਸੁਣੋ, ਅਸੀਂ ਗਲਤ ਸੀ ਅਤੇ ਅਸੀਂ ਠੀਕ ਹੋਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਦੁਬਾਰਾ ਸੰਗਤੀ ਕਰਨਾ ਚਾਹੁੰਦੇ ਹਾਂ। ਨਹੀਂ, ਇੱਕ ਵਾਰ ਵੀ ਨਹੀਂ। ਪਰ ਉਸ ਝੂਠ ਦੇ ਉੱਪਰ ਦੀ ਇਹ ਕਹਿਣ ਕਿ ਉਹ ਮੇਰੇ ਕੋਲ ਤਿੰਨ ਵਾਰ ਪਛਤਾਵਾ ਕਰਨ ਲਈ ਆਏ ਸਨ, ਕੀ ਤੁਸੀਂ ਅਜਿਹੇ ਸਪਸ਼ਟ ਝੂਠ ਦੀ ਕਲਪਨਾ ਕਰ ਸਕਦੇ ਹੋ? ਇਸ ਦੀ ਕਲਪਨਾ ਕਰੋ ਦੋਸਤੋ, ਜਦੋਂ ਤੁਸੀਂ ਇਸ ਤਰ੍ਹਾਂ ਝੂਠ ਬੋਲਦੇ ਹੋ ਤਾਂ ਤੁਸੀਂ ਇੱਕ ਭ੍ਰਿਸ਼ਟ ਰੁੱਖ ਹੋ। ਅਤੇ ਇਸ ਤੋਂ ਵੀ ਵੱਧ ਕੇ ਇਹ ਮੈਨੂੰ ਸਾਬਤ ਕਰਦਾ ਹੈ ਕਿ ਤੁਹਾਡਾ ਨਵਾਂ ਜਨਮ ਨਹੀਂ ਹੋਇਆ, ਤੁਹਾਡਾ ਬੀਜ ਮਾੜਾ ਹੈ। ਇੱਕੋ ਇੱਕ ਤਰੀਕਾ ਜਿਸ ਨਾਲ ਤੁਸੀਂ ਪਹਿਲੇ ਧੋਖੇ ਵਿੱਚ ਜਾ ਸਕਦੇ ਸੀ, ਕਿਉਂਕਿ ਤੁਹਾਡਾ ਨਵਾਂ ਜਨਮ ਨਹੀਂ ਹੋਇਆ। ਦੂਜਾ ਧੋਖਾ, ਤੁਹਾਡਾ ਨਵਾਂ ਜਨਮ ਨਹੀਂ ਹੋਇਆ। ਤੀਜਾ ਧੋਖਾ, ਤੁਹਾਡਾ ਨਵਾਂ ਜਨਮ ਨਹੀਂ ਹੋਇਆ। ਅਤੇ ਤੁਸੀਂ ਉਹ ਤਿੰਨ ਧੋਖੇ ਖਾਧੇ ਅਤੇ ਬਿਨਾਂ ਪਛਤਾਵਾ ਕੀਤਿਆਂ ਚੌਥਾ ਧੋਖਾ ਘੜਿਆ। ਤੁਸੀਂ ਗਲਤ ਹੋ। 1963 ਸਾਲ ਤੋਂ ਲੈ ਕੇ 1973 ਸਾਲ ਤੱਕ, 10 ਸਾਲਾਂ ਤੱਕ ਕਿਸੇ ਨੇ ਵੀ ਗਰਜਨ ਦਾ ਪ੍ਰਚਾਰ ਨਹੀਂ ਕੀਤਾ। ਫਿਰ ਨਿਊਯਾਰਕ ਵਿੱਚ ਸਭ ਤੋਂ ਵੱਡਾ ਨਕਲ ਝੂਠ ਖੁਲਾਇਆ ਅਤੇ ਉਸਨੇ ਦਾਅਵਾ ਕੀਤਾ ਕਿ ਉਸ ਕੋਲ 7 ਗਰਜਾਂ ਹਨ।
ਉਹ ਗਰਜਾਂ ਬਾਰੇ ਕੁਝ ਨਹੀਂ ਜਾਣਦੇ। ਤੁਸੀਂ ਅਤੇ ਮੈਂ ਦੇਖਿਆ ਕਿ ਉਹਨਾਂ ਨੇ ਝੂਠੀ ਬੇਦਾਰੀ ਦੀ ਮਾਨਸਿਕਤਾ ਪੈਦਾ ਕੀਤੀ ਅਤੇ ਫਿਰ ਇਹ ਗਾਇਬ ਹੋ ਗਈ ਅਤੇ ਪਾਪ ਅਤੇ ਅਨੈਤਿਕਤਾ ਨੇ ਉਸ ਬੇਦਾਰੀ 'ਤੇ ਕਬਜ਼ਾ ਕਰ ਲਿਆ। ਹੁਣ ਤੁਸੀਂ ਦੁਬਾਰਾ ਕੀ ਦੇਖਣਾ ਚਾਹੁੰਦੇ ਹੋ? ਯਿਸੂ ਨੇ ਆਖਿਆ, ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਦੁਆਰਾ ਜਾਣੋਗੇ। ਜਿਹੜੇ ਲੋਕ ਇਹਨਾਂ ਗਰਜਾਂ ਦਾ ਵਿਸ਼ਵਾਸ ਕਰਦੇ ਹਨ ਉਹ ਉਹਨਾਂ ਗਿੱਧਾਂ ਵਰਗੇ ਹਨ ਜੋ ਪਿਛਲੇ ਸਾਲਾਂ ਤੋਂ ਅੱਜ ਤੱਕ ਇੱਕ ਮੁਰਦਾ ਲੋਥ ਨੂੰ ਖਾ ਰਹੇ ਹਨ। ਇਹ ਇੱਕ ਕਾਲਪਨਿਕ ਧੋਖਾ ਹੈ ਜੋ ਕਿ ਸੱਤਵੀਂ ਮੋਹਰ ਸੱਤ ਗਰਜਾਂ ਬਾਰੇ ਹੈ, ਜਿਸ ਨੂੰ 1973 ਵਿੱਚ ਸਭ ਤੋਂ ਮਹਾਨ ਨਕਲ ਕਰਨ ਵਾਲਿਆਂ ਵਿੱਚੋਂ ਇੱਕ ਨੇ ਸ਼ੁਰੂ ਕੀਤਾ। ਮੈਨੂੰ ਯਕੀਨ ਹੈ ਕਿ ਉਹ ਮਰਨ ਵਾਲਾ ਨਕਲਚੀ ਤੌਬਾ ਕਰੇਗਾ ਅਤੇ ਉਹ ਪਰਮੇਸ਼ੁਰ ਦੇ ਬੱਚਿਆਂ ਨੂੰ ਸੱਚ ਦੱਸੇਗਾ ਕਿ ਉਸਨੇ ਕਲਪਨਾ ਕੀਤੀ ਕਿ ਉਹ ਸੱਤ ਗਰਜਾਂ ਨੂੰ ਸਮਝਦਾ ਹੈ ਅਤੇ ਇਹ ਪ੍ਰਾਈ ਭਾਖਿਆ ਵਿੱਚ ਛੁਪਿਆ ਹੋਇਆ ਸੀ, ਜਿਸ ਦਾ ਅਨੁਵਾਦ ਭਾਈ ਬ੍ਰਹਮ ਵੀ ਨਹੀਂ ਕਰ ਸਕਿਆ। ਹੁਣ ਮੇਰਾ ਮੰਨਣਾ ਹੈ ਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਇਹ ਸਭ ਤੋਂ ਵੱਡਾ ਉਪਕਾਰ ਹੋਵੇਗਾ ਜੋ ਕੋਈ ਆਦਮੀ ਸੰਦੇਸ਼ ਦੇ ਵਿਸ਼ਵਾਸੀਆਂ ਨੂੰ ਧੋਖਾ ਦੇਣ ਤੋਂ ਬਾਅਦ ਕਰ ਸਕਦਾ ਹੈ। ਮੈਂ ਸੱਚਮੁੱਚ ਅਜਿਹਾ ਮੰਨਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਸ ਆਦਮੀ ਦੀ ਉਸਦੇ ਮਰਨ ਵਾਲੇ ਬਿਸਤਰ 'ਤੇ ਮਦਦ ਕਰੇਗਾ, ਜਿਵੇਂ ਕਿ ਸੈਵਨਥ ਡੇ ਐਡਵੈਂਟਿਸਟ ਚਰਚ ਦੇ ਸੰਸਥਾਪਕ ਵੀ ਉਸਨੇ ਆਪਣੇ ਮਰਨ ਵਾਲੇ ਬਿਸਤਰ 'ਤੇ ਆਪਣੇ ਵਿਸ਼ਵਾਸੀਆਂ ਨੂੰ ਕਿਹਾ, ਮੈਂ ਬੇਈਮਾਨ ਹੋਵਾਂਗਾ ਜੇ ਮੈਂ ਇਹ ਆਖਾਂ ਕਿ ਮੈਂ ਆਪਣੀ ਗਿਣਤੀ ਵਿੱਚ ਗਲਤ ਨਹੀਂ ਸੀ ਜਦੋਂ ਮੈਂ ਰੈਪਚਰ ਲਈ ਤਾਰੀਖ ਨਿਰਧਾਰਿਤ ਕੀਤੀ। ਉਸਨੇ ਕੀਤਾ ਅਤੇ ਹੋਰ ਆਦਮੀ ਉੱਠੇ ਅਤੇ ਹੋਰ ਤਰੀਕਾਂ ਨਿਰਧਾਰਿਤ ਕੀਤੀਆਂ। ਜਦੋਂ ਇਹ ਨਹੀਂ ਹੋਇਆ ਤਾਂ ਉਹਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਚਿੱਟੀਆਂ ਚਾਦਰਾਂ ਪਹਿਨ ਕੇ ਉਹ ਪਹਾੜ 'ਤੇ ਚੜ੍ਹ ਗਏ ਅਤੇ ਉਹਨਾਂ ਨੇ ਅਜਿਹਾ ਕੀਤਾ। ਅਫਸੋਸ ਦੀ ਗੱਲ ਹੈ ਕਿ ਝੂਠਾ ਨਬੀ ਅਜਿਹਾ ਹੀ ਕਰਦਾ ਹੈ, ਪਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਨਾਲ ਜਾਣੋਗੇ। ਹੁਣ ਜਦੋਂ ਵੀ ਤੁਸੀਂ ਸੰਦੇਸ਼ ਦੇ ਪਵਿੱਤਰ ਮਿਆਰਾਂ ਤੋਂ ਭਟਕਦੇ ਹੋ, ਪਵਿੱਤਰ ਆਤਮਾ ਆਪਣੀ ਉਡਾਨ ਭਰੇਗਾ। ਉਤਪਤ ਵਿੱਚ ਪਾਪ ਨੇ ਪਰਮੇਸ਼ੁਰ ਨੂੰ ਮਨੁੱਖ ਤੋਂ ਵੱਖ ਕਰ ਦਿੱਤਾ। ਅਕਾਨ ਡੇਰੇ ਵਿੱਚ ਇੱਕ ਨਾਸ਼ ਕਰਨ ਵਾਲੀ ਚੀਜ਼ ਲੈ ਕੇ ਆਇਆ, ਤਦ ਪ੍ਰਭੂ ਦਾ ਆਤਮਾ ਉੱਥੋਂ ਚਲਾ ਗਿਆ। ਅਤੇ ਅੱਜ ਸੰਦੇਸ਼ ਨੂੰ ਮੰਨਣ ਵਾਲਿਆਂ ਦੇ ਆਲੇ ਦੁਆਲੇ ਦੀ ਸਮੱਸਿਆ ਇਹ ਹੈ ਕਿ ਲੋਕ ਪ੍ਰਚਾਰਕਾਂ ਦੇ ਪ੍ਰਭਾਵ ਨਾਲ ਪਵਿੱਤਰ ਸੰਦੇਸ਼ ਅਤੇ ਸੰਦੇਸ਼ ਦੇ ਪਵਿੱਤਰ ਮਿਆਰਾਂ ਤੋਂ ਭਟਕ ਗਏ ਹਨ। ਇਸ ਕਰਕੇ ਤੁਸੀਂ ਪਰਮੇਸ਼ੁਰ ਦੀ ਹਜ਼ੂਰੀ ਅਤੇ ਪਰਮੇਸ਼ੁਰ ਦੀ ਆਤਮਾ ਨੂੰ ਲੱਭ ਨਹੀਂ ਸਕਦੇ ਜੋ ਅੱਜ ਪਵਿੱਤਰ ਲੋਕਾਂ ਦੇ ਦਰਮਿਆਨ ਮੌਜੂਦ ਹੈ। ਇਹ ਉਹ ਜਵਾਬ ਹੈ ਜੋ ਪਰਮੇਸ਼ੁਰ ਨਬੀ ਨੇ ਆਪਣੇ ਸੰਦੇਸ਼ ਪਰਮੇਸ਼ੁਰ ਆਪਣੇ ਵਾਅਦੇ ਕਰ ਰਿਹਾ ਹੈ 9 ਦਸੰਬਰ 1956 ਸਨ ਵਿੱਚ ਦਿੱਤਾ। ਮੇਰਾ ਪੁਆਇੰਟ ਇਹ ਹੈ ਕਿ ਜਦੋਂ ਤੁਸੀਂ ਪਵਿੱਤਰ ਸੰਦੇਸ਼ ਤੋਂ ਭਟਕ ਜਾਂਦੇ ਹੋ ਤਾਂ ਆਤਮਾ ਤੁਹਾਨੂੰ ਇੱਕ ਵਿਅਕਤੀ ਵਜੋਂ ਛੱਡ ਕੇ ਚਲਾ ਜਾਵੇਗਾ ਅਤੇ ਕਲੀਸਿਆ ਨੂੰ ਛੱਡ ਕੇ ਚਲਾ ਜਾਵੇਗਾ। ਭਾਈ ਬ੍ਰਹਮ ਦਾ ਸੰਦੇਸ਼, ਪਰਮੇਸ਼ੁਰ ਆਪਣੀ ਆਵਾਜ਼ ਦੀ ਕਰ ਰਿਹਾ ਹੈ 9 ਦਸੰਬਰ 1956 ਸਨ ਕੋਟ। ਅੱਜ ਸਾਨੂੰ ਉਹਨਾਂ ਪੁਰਾਣੇ ਫੈਸ਼ਨ ਦੇ ਜੋਸ਼ ਭਰਪੂਰ ਪ੍ਰਚਾਰਕਾਂ ਦੀ ਲੋੜ ਹੈ। ਅੱਜ ਸਾਡੇ ਕੋਲ ਬਹੁਤ ਸਾਰੇ ਕੋਮਲ ਹੱਡੀ ਰਹਿਤ ਪ੍ਰਚਾਰਕ ਹਨ ਜੋ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਸਾਨੂੰ ਵਾਪਸ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਣ ਦੀ ਲੋੜ ਹੈ। ਕੀ ਹੋਇਆ ਭਾਈ ਬ੍ਰਹਮ? ਜਦੋਂ ਤੁਸੀਂ ਸ਼ੁਰੂਆਤ ਕੀਤੀ ਤਾਂ ਪਵਿੱਤਰ ਆਤਮਾ ਨੇ ਉਡਾਰੀ ਮਾਰੀ। ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ, ਤੁਸੀਂ ਕਹਿੰਦੇ ਹੋ ਹੁਣ ਜੇ ਸੂਜੀ ਤੁਸੀਂ ਇਹ ਜਾਣਦੇ ਹੋ ਠੀਕ ਹੈ, ਮੈਂ ਹੁਣ ਕਦੇ ਵਾਪਸ ਨਹੀਂ ਜਾਵਾਂਗਾ। ਪਵਿੱਤਰ ਆਤਮਾ ਦੂਰ ਚਲਾ ਗਿਆ ਅਤੇ ਆਪਣੀ ਉਡਾਨ ਭਰੀ। ਉਹ ਇਸ ਪ੍ਰਕਾਰ ਤੁਹਾਡੇ 'ਤੇ ਉੱਡਦਾ ਅਤੇ ਚੱਲਦਾ ਨਹੀਂ ਫਿਰੇਗਾ। ਤੁਸੀਂ ਉਹ ਜਾਣਦੇ ਹੋ, ਇਹ ਇੱਕ ਪ੍ਰੇਮੀ ਹੈ ਅਤੇ ਇਹ ਨਮਰ ਹੈ।
ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਪਵਿੱਤਰ ਆਤਮਾ ਤੁਹਾਡੇ 'ਤੇ ਬਣਿਆ ਰਹੇ, ਉਸ ਪੁਰਾਣੀ ਦੁਨਿਆਵੀ ਚੀਜ਼ ਨੂੰ ਆਪਣੇ ਤੋਂ ਦੂਰ ਕਰ ਦਿਓ। ਪਰਮੇਸ਼ੁਰ ਪਾਪ ਨੂੰ ਨਫ਼ਰਤ ਕਰਦਾ ਹੈ, ਅਤੇ ਪਰਮੇਸ਼ੁਰ ਜੋ ਕਿ ਪਵਿੱਤਰ ਆਤਮਾ ਹੈ, ਇੱਕ ਅਜਿਹੇ ਵਿਅਕਤੀ ਵਿੱਚ ਕਿਵੇਂ ਰਹਿਣ ਜਾ ਰਿਹਾ ਹੈ ਜੋ ਹਮੇਸ਼ਾ ਪਾਪ ਕਰਦਾ ਹੈ, ਜਾਣ ਬੁੱਝ ਕੇ ਬਾਹਰ ਜਾਂਦਾ ਹੈ, ਇਹ ਅਤੇ ਉਹ ਕਰਦਾ ਹੈ, ਇਸ ਤਰ੍ਹਾਂ ਦੀਆਂ ਥਾਵਾਂ 'ਤੇ ਜਾਂਦਾ ਹੈ? ਕਲੀਸੇ ਨਾਲ ਇਹੀ ਸਮੱਸਿਆ ਹੈ।